ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਦੀਪ ਸਿੰਘ ਕੁਛ ਸਮੇਂ ਤੋਂ ਜਿਹੜਾ ਕੇਂਦਰ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਬੰਦ ਹਾਂ, 19 ਸਾਲ ਸਜ਼ਾ ਕੱਟ ਕੇ ਹੁਣ ਮੈਂ ਰਿਹਾਈ 'ਤੇ ਆਇਆ ਵਾਂ, ਅਤੇ ਜੇਲ੍ਹ ਵਿੱਚ ਰਹਿੰਦਿਆਂ ਹੋਇਆ ਵੀ ਜਿਹੜਾ ਸਿੱਖ ਜੀ ਵੱਲੋਂ ਜਥੇਬੰਦੀ ਵੱਲੋਂ ਸਾਡਾ ਸਾਥ ਦਿੱਤਾ ਗਿਆ, ਬੱਚਿਆਂ ਦੀ ਲਿਖਾਈ ਪੜ੍ਹਾਈ ਦਾ ਹੋਰ ਜੋ ਵੀ ਇਹਨਾਂ ਨੇ ਕੀਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਹਰ ਆਉਣ 'ਤੇ ਇਹਨਾਂ ਨੇ ਸਾਨੂੰ ਮੱਝਾਂ ਗਾਵਾਂ ਲੈ ਕੇ ਦਿੱਤੀਆਂ ਵਾਂ ਸਾਡੇ ਰੁਜ਼ਗਾਰ ਵਾਸਤੇ, ਸਾਡਾ ਬੱਚਿਆਂ ਦਾ ਦੇਖਭਾਲ ਵਾਸਤੇ। ਹੋਰ ਬਾਹਰਲੀਆਂ ਸੰਗਤਾਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਬਾਹਰਲੀਆਂ ਸੰਗਤਾਂ ਵੱਧ ਤੋਂ ਵੱਧ ਇਹਨਾਂ ਦਾ ਸਾਥ ਦੇਣ, ਇਹਨਾਂ ਸਾਰੀ ਜਥੇਬੰਦੀ ਦਾ ਅਸੀਂ ਸਿੱਖ ਜੀ ਜਥੇਬੰਦੀ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।